ਤਸਵੀਰਾਂ ਅੰਮ੍ਰਿਤਸਰ ਏਅਰਪੋਰਟ ਦੀਆਂ ਨੇ। ਅੰਮ੍ਰਿਤਸਰ ਏਅਰਪੋਰਟ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮੁਸਾਫਰਾਂ ਨੂੰ ਏਅਰਪੋਰਟ ਤੋਂ ਕੈਨੇਡਾ ਦੀ ਫਲਾਈਟ 'ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਮੁਸਾਫਰਾਂ ਦੇ ਵੱਲੋਂ ਏਅਰਪੋਰਟ ਮੁਲਾਜ਼ਮਾਂ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਮੁਸਾਫਰਾਂ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਤੋਂ ਕੈਨੇਡਾ ਜਾਣ ਵਾਲੀ ਫਲਾਈਟ ਲਈ ਪਹੁੰਚੇ ਸਨ, ਜੋ ਕਿ ਪਹਿਲਾਂ ਸਿੱਧੀ ਫਲਾਈਟ ਦੱਸੀ ਗਈ ਸੀ, ਪਰ ਜਦੋਂ ਮੁਸਾਫਿਰ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਫਲਾਈਟ ਦੁਬਈ ਤੋਂ ਹੋ ਕੇ ਜਾਣੀ ਹੈ। ਜਿਸ ਤੋਂ ਬਾਅਦ ਜਦੋਂ ਤਮਾਮ ਫਾਰਮੈਲਿਟੀਜ਼ ਪੂਰੀਆਂ ਕਰਕੇ ਫਿਰ ਜਦੋਂ ਬੱਚੇ ਇੱਥੇ ਆਏ ਤਾਂ ਉਹਨਾਂ ਨੂੰ ਫਲਾਈਟ 'ਤੇ ਜਾਣ ਨਹੀਂ ਦਿੱਤਾ ਗਿਆ। ਬਹਾਨਾ ਵੀ ਕੀ ਸੀ? ਕਿਸੇ ਨੂੰ ਕਿਹਾ ਗਿਆ ਕਿ ਤੁਹਾਡੀ ਕਰੋਨਾ ਰਿਪੋਰਟ ਸਹੀ ਨਹੀਂ ਹੈ, ਤੇ ਕਿਸੇ ਨੂੰ ਕੁਝ ਹੋਰ, ਜਿਸ ਤੋਂ ਬਾਅਦ ਕਿਹਾ ਗਿਆ ਕਿ ਫਲਾਈਟ ਜਾ ਚੁੱਕੀ ਹੈ, ਜਦਕਿ ਫਲਾਈਟ ਕਈ ਘੰਟੇ ਬਾਅਦ ਇੱਥੋਂ ਰਵਾਨਾ ਹੋਈ, ਜਿਸ ਦੇ ਚੱਲਦੇ ਲੋਕ ਕਾਫੀ ਖੱਜਲ ਖੁਆਰ ਹੋਏ ਤੇ ਉਹਨਾਂ ਨੇ ਏਅਰਪੋਰਟ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। 4 ਵਜੇ ਅੰਦਰ ਐਂਟਰ ਹੋਏ ਆ, 4 ਵਜੇ ਤੋਂ ਲੈ ਕੇ ਰਾਤੀ 9:30 ਵਜੇ ਤੱਕ ਸਾਡੇ ਬੱਚੇ 10 ਵਜੇ ਤੱਕ ਲਾਈਨ 'ਚ ਲੱਗੇ ਰਹੇ ਆ। 10 ਵਜੇ ਤੱਕ ਸਾਡੇ ਬੱਚਿਆਂ ਦੀ ਕੋਈ ਉਹਨਾਂ ਨੇ ਉਕੋ ਨਹੀਂ ਕੀਤੀ ਹੈਗੀ, ਲਾਈਨ 'ਚ ਲਗਾਤਾਰ ਹੀ ਲੱਗੇ ਰਹੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਕਦੀ ਕਿਸੇ ਦਾ ਕਰੋਨਾ ਟੈਸਟ ਦਾ ਕੋਈ ਚੱਕਰ ਮਾੜਾ ਜਿਹਾ, ਜਿਸ ਨੂੰ ਇੱਕ ਸੈਂਪਲ ਤੁਹਾਨੂੰ ਮੈਂ ਦਿਖਾਉਂਦਾ ਜੀ, ਇਹ ਕੁੜੀ 4-5 ਘੰਟੇ ਲਾਈਨ 'ਚ ਲੱਗੀ ਰਹੀ ਹੈ, ਠੀਕ ਹੈ ਜੀ। ਇਹਦਾ ਕਰੋਨਾ ਟੈਸਟ ਦੀ ਰਿਪੋਰਟ ਸੀਗੀ, ਇਹ ਕਰੋਨਾ ਦੀ ਟੈਸਟ ਦੀ ਰਿਪੋਰਟ ਬੱਚੀ ਪਹਿਲਾਂ ਬਲੈਕ ਐਂਡ ਵਾਈਟ ਲੈ ਗਈ, ਠੀਕ ਹੈ, ਜਦਕਿ ਇਹਦੇ ਨਾਲ ਇੱਕ ਹੋਰ ਬੱਚੀ ਟਰੈਵਲ ਕਰ ਰਹੀ ਸੀਗੀ, ਇੱਕ ਦੇ ਬੱਚੇ ਨਾਲ ਹੋਰ ਟਰੈਵਲ ਕਰ ਰਹੀ ਸੀ, ਉਹ ਸੇਮ ਬੱਚੀ ਇਸੇ ਬਲੈਕ ਐਂਡ ਵਾਈਟ 'ਤੇ ਨਗਾਈ ਉਹਨਾਂ ਨੇ, ਠੀਕ ਹੈ ਜੀ। ਇਸ ਬੱਚੇ ਨੂੰ ਕਿਹਾ ਗਿਆ ਹਰਾਸਮੈਂਟ ਕਰਨ ਲਈ ਕਿ ਇਹ ਤੁਸੀਂ ਆਪਣਾ ਪੇਪਰ ਲੈ ਕੇ ਆ ਕਲਰਡ, ਠੀਕ ਹੈ ਜੀ। ਇਹ ਬੱਚੀ ਕਾਰ ਵਿੱਚੋਂ ਕਲਰਡ ਪੇਪਰ ਲੈਣ ਗਈ ਹੈ, ਤਾਂ ਜਦੋਂ ਆਉਂਦਿਆਂ ਨੂੰ ਇਹਨਾਂ ਨੂੰ ਕਹਿਤਾ ਜੀ ਤੁਹਾਡੀ ਤਾਂ ਫਲਾਈਟ ਚਲੀ ਗਈ, ਜਦਕਿ ਉਹ ਫਲਾਈਟ 4 ਘੰਟੇ ਬਾਅਦ ਬੋਰਡ ਹੋਈ ਹੈ ਜੀ। ਇਹ ਹਰਾਸਮੈਂਟ ਹੋ ਰਹੀ ਹੈ ਜੀ। ਕਿੰਨੇ ਬੱਚੇ ਫਸੇ ਆ ਇਸ ਵੇਲੇ? ਕੋਈ ਹੈਗੇ ਆ ਜੀ 40-50 ਦੇ ਵਿੱਚ ਬੱਚੇ ਹੈਗੇ ਆ ਜੀ। ਸਭ ਨੂੰ ਇਹੀ ਕਾਰਨ ਦੱਸਿਆ ਜਾ ਰਿਹਾ, ਅਲੱਗ ਅਲੱਗ ਜਿਸ ਤਰ੍ਹਾਂ ਕਿਸੇ ਦਾ ਮੈਡੀਕਲ ਹੈ, ਕਿਸੇ ਦਾ ਕੁਛ ਹੈ, ਕਿਸੇ ਨੂੰ ਕਹਿੰਦੇ ਕਿ ਤੁਹਾਨੂੰ ਬਾਹਰੋਂ ਹਲੇ ਤੁਹਾਡਾ ਵੀਜ਼ਾ ਨਹੀਂ, ਕਰੋਨਾ ਦੀ ਰਿਪੋਰਟ ਦਾ ਚੱਕਰ ਕੋਈ ਪਾ ਰਹੇ ਆ ਕੋਈ, ਜਦਕਿ ਸਭ ਕੁਛ ਹੈਗਾ ਆ। ਮੌਕੇ 'ਤੇ ਅੰਮ੍ਰਿਤਸਰ ਤੋਂ MP ਗੁਰਜੀਤ ਔਜਲਾ ਵੀ ਪਹੁੰਚੇ, ਜਿਨ੍ਹਾਂ ਲੋਕਾਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੇ ਬੱਚੇ ਕੈਨੇਡਾ ਜ਼ਰੂਰ ਜਾਣਗੇ, ਅਤੇ ਨਾਲ ਹੀ ਇਸ ਤਰ੍ਹਾਂ ਦੀ ਅਣਗਹਿਲੀ ਕਰਨ ਵਾਲੇ ਅਧਿਕਾਰੀ ਅਤੇ ਟਰੈਵਲ ਏਜੰਟਾਂ ਖਿਲਾਫ਼ ਕੇਸ ਦਰਜ ਕਰਾਏ ਜਾਣਗੇ। ਲਾਈਨ ਨੇ ਇਹਨਾਂ ਨੂੰ ਮਤਲਬ ਕਿਹਾ ਵੀ ਸਾਡੇ ਕੋਲ ਕੁਛ ਨਹੀਂ ਹੈਗਾ, ਦੂਜੇ ਵੀ ਗਏ ਹੁਣ, 2-2.5 ਲੱਖ ਰੁਪਈਆ ਇੱਕ ਪੜ੍ਹਨ ਵਾਲਾ ਬੱਚਾ, ਕਿੱਦਾਂ ਉਹ ਮਾਂ ਬਾਪ ਜਿਹੜੇ ਉਹ ਅਲਾਓ ਨਹੀਂ ਕਰ ਸਕਦੇ, ਇੰਨੀ ਗੁੰਜਾਇਸ਼ ਹੀ ਨਹੀਂ ਹੁੰਦੀ। ਕਾਰਨ ਕੀ ਦੱਸ ਰਹੇ ਹੈਗੇ ਕਿਉਂ ਉਹਨਾਂ ਦਾ? ਮਿਸਮੈਨੇਜਮੈਂਟ ਦੋਵਾਂ ਦੀ, ਏਅਰਲਾਈਨ ਵਾਲਿਆਂ ਦੀ ਵੀ ਅਤੇ ਏਜੰਟਾਂ ਦਾ ਵੀ, ਅਤੇ ਮੈਂ ਦੱਸਣਾ ਚਾਹੁੰਦਾ ਕਾਰਵਾਈ ਹੋਊਗੀ, ਕਾਨੂੰਨੀ ਕਾਰਵਾਈ ਹੋਊ, ਪਰਚੇ ਦਰਜ ਕਰਾਊਂਗਾ ਦੋਵਾਂ ਦੀ, ਨਾਲ ਏਅਰਲਾਈਨ 'ਤੇ ਅਤੇ ਨਾਲੇ ਉਹਨਾਂ 'ਤੇ। ਪਰ ਸਰ ਬੱਚੇ ਹੁਣ ਜਾ ਸਕਣਗੇ? ਹਾਂ ਜਾਣਗੇ, ਉਹ ਤਾਂ ਉਹ ਬੱਚੇ ਥੋੜ੍ਹਾ ਨਾ ਰੁਕਣੇ, ਗੱਲ 'ਤੇ ਮਸਲਾ ਇਹ ਵੀ ਟਿਕਟ ਜਿਹੜੀ ਆ ਉਹ ਕਿੰਨੇ ਭਰਪਾਈ ਕਰਨੀ, ਇਹਨਾਂ ਦੀ ਪਰੇਸ਼ਾਨੀ ਰਾਤ ਅੱਜ ਮੇਰਾ ਖਿਆਲ ਹੋਰ 2-4 ਘੰਟੇ ਨੂੰ 24 ਘੰਟੇ ਹੋਏ ਨੇ ਇਹਨਾਂ ਨੂੰ ਖੜ੍ਹੇ, 4 ਵਜੇ ਤੱਕ ਸਰ। ਸੋ ਇਹਦਾ ਇਹਨਾਂ ਨੂੰ ਹੁਣ ਸਾਰੇ ਡਾਇਰੈਕਟਰ ਸਾਰੇ ਜਿਹੜੇ ਇਹਨਾਂ ਦੇ ਏਅਰਲਾਈਨ ਵਾਲੇ ਨਾਲ ਪੁਲਿਸ ਅਫਸਰ ਖੜ੍ਹੇ ਆ, ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ, ਹੁਣ ਆਹਮੋ ਸਾਹਮਣੇ ਗੱਲ ਕਰਦੇ ਹਾਂ ਵੀ ਕੀ ਮਸਲਾ ਹੈ, ਫਿਕਰ ਨਹੀਂ ਕਰਨਾ। ਦੱਸਣਯੋਗ ਹੈ ਕਿ ਵਿਦਿਆਰਥੀ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਹੋਏ ਸਨ, ਪਰ 18 ਘੰਟੇ ਬੀਤ ਜਾਣ ਦੇ ਬਾਅਦ ਵੀ ਉਹਨਾਂ ਨੂੰ ਕੈਨੇਡਾ ਦੀ ਫਲਾਈਟ ਦੇ ਵਿੱਚ ਨਹੀਂ ਬੈਠਣ ਦਿੱਤਾ ਗਿਆ, ਜਿਸ ਤੋਂ ਬਾਅਦ ਯਾਤਰੀਆਂ ਨੇ ਏਅਰਪੋਰਟ 'ਤੇ ਹੀ ਹੰਗਾਮਾ ਕਰ ਦਿੱਤਾ।